ਤਹਿਸੀਲ ਸਮੜਿਆਲ ਦੇ ਵੱਡੇ ਬੇਲੇ ਦਾ ਵੱਡਾ ਟੂਰਨਾਮੈਂਟ, ਬੇਲਾ ਕ੍ਰਿਕਟ ਟੂਰਨਾਮੈਂਟ ਦਾ ਵੱਡਾ ਮੈਚ ਫਾਈਨਲ ਅੱਜ ਮੇਜ਼ਬਾਨ ਟੀਮ ਮੁਗਲਾਬਾਦ ਤੇ ਗੁਜਰਾਂ ਦੇ ਵਿੱਚ ਪੈ ਗਿਆ। ਇੱਕ ਪਾਸੇ ਮੁਗਲਾਬਾਦ ਦੇ ਉੱਚੇ ਲੰਮੇ ਤੇ ਬਹਾਦਰ ਨੌਜਵਾਨ ਨੇ ਤੇ ਦੂਸਰੇ ਪਾਸੇ ਡੇਰਾ ਗੁਜਰਾਂ ਦਾ, ਜਿਹਦੇ ਵਿੱਚ ਸਾਰੇ ਗੁਜਰ ਨੇ ਤੇ ਸੋਹਣੇ ਗੁਜਰ ਨੇ। ਜਿੱਤਣ ਵਾਲੀ ਟੀਮ ਨੂੰ 15,000 ਰੁਪਈਆ ਤੇ ਨਾਲ ਵੱਡਾ ਕੱਪ ਤੇ ਹਰਨ ਵਾਲੀ ਟੀਮ ਨੂੰ ਜ਼ਰਾ ਕੁ ਛੋਟਾ ਕੱਪ ਤੇ 7,000 ਰੁਪਈਆ ਉਸੇ ਟਾਈਮ ਨਗਦ ਲੱਭੇਗਾ। ਇਸ ਤੋਂ ਇਲਾਵਾ ਮੁਗਲਾਬਾਦ ਇੰਤਜ਼ਾਮੀਆ ਦੀ ਤਰਫੋਂ ਛੱਕਾ ਲਾਉਣ ਵਾਲੇ ਨੂੰ ਵੀ 500 ਤੇ ਆਊਟ ਕਰਨ ਵਾਲੇ ਨੂੰ ਵੀ ਨਗਦ 500। ਲਾਹੌਰੀ ਚਮਕ ਦੇ ਕੱਪ ਇਸ ਟਾਈਮ ਗਰਾਊਂਡ ਦੇ ਵਿੱਚ ਪਹੁੰਚ ਚੁੱਕੇ ਨੇ। ਹੁਣ ਵੇਖਣਾ ਇਹ ਵੇ ਕੇ ਕਿਹੜਾ ਕੱਪ ਹੁਣ ਕਿਹੜੇ ਹੱਥੇ 'ਚ ਆਵੇਗਾ। ਦੋਵੇਂ ਟੀਮਾਂ ਦੇ ਕੈਪਟਨ ਇਸ ਟਾਈਮ ਗਰਾਊਂਡ ਦੇ ਵਿੱਚ ਟਾਸ ਕਰਨ ਵਾਸਤੇ ਪਹੁੰਚ ਚੁੱਕੇ ਨੇ ਤੇ ਅੱਜ ਤਾਰਕ ਸਾਹਿਬ ਨੇ 5 ਦਾ ਠੀਪਾ ਉਤਾਂ ਸਟਿਆ ਤੇ ਟਾਸ ਡੇਰਾ ਗੁਜਰਾਂ ਦੀ ਟੀਮ ਜਿੱਤ ਗਈ ਹੈ। ਪਾਕਿਸਤਾਨ ਦੇ ਵਿੱਚ ਹੁਣ ਠੀਪੇ ਰਹਿ ਵੀ ਤੇ ਟਾਸ ਕਰਨ ਵਾਸਤੇ ਨੇ। ਅੱਜ ਦਾ ਵੱਡਾ ਫਾਈਨਲ ਮੈਚ ਹੋਵੇਗਾ 6 ਓਵਰਾਂ ਤੇ ਹੋਣਾ ਉਹ ਹੀ ਹੈ ਜੋ ਅੰਪਾਇਰ ਨੇ ਆਖਣਾ। ਗੱਲ ਸਿੱਧੀ ਹੈ, ਡੇਰਾ ਗੁਜਰਾਂ ਦੀ ਤਰਫੋਂ ਦੋ ਨੌਜਵਾਨਾਂ ਨੇ ਬੈਟਿੰਗ ਦਾ ਆਗਾਜ਼ ਕਰਨ ਵਾਸਤੇ ਮੋਬਾਈਲ ਧਰ ਲਏ ਨੇ ਤੇ ਬੈਟ ਫੜ ਲਏ ਨੇ। ਮੁਗਲਾਬਾਦ ਦੀ ਤਰਫੋਂ ਬੋਲਿੰਗ ਦਾ ਆਗਾਜ਼ ਕਰਨ ਦੇ ਸਾਡੇ ਇਮਰਾਨ ਸਾਹਿਬ। ਵੱਡੇ ਮੈਚ ਦੇ ਵੱਡੇ ਰੋਲੇ, ਬੇਲਾ ਕ੍ਰਿਕਟ ਟੂਰਨਾਮੈਂਟ ਦਾ ਵੱਡਾ ਫਾਈਨਲ ਮੈਚ ਮੁਗਲਾਬਾਦ ਵਰਸਸ ਗੁਜਰ। ਅੱਜ ਦੇ ਵੱਡੇ ਮੈਚ ਵਾਸਤੇ ਅੰਪਾਇਰ ਵੀ ਵੱਡੇ ਨੇ, ਵਹੀਦ ਵੜੈਟ ਸਾਹਿਬ ਤੇ ਅਲੀ ਵੜੈਟ ਸਾਹਿਬ। ਅੱਜ ਦੇ ਮੈਚ ਵਿੱਚ ਰੌਣਕਾਂ ਲਾਉਣ ਵਾਸਤੇ ਮਹਿਮਾਨੇ ਖਸੂਸੀ ਸਨ ਸ਼ੌਰ ਗੁਜਰ ਸਾਹਿਬ, ਇਮਰਾਨ ਬਾਗੜੀ ਸਾਹਿਬ, ਮੋਹਸਨ ਕਠਾਣਾ ਸਾਹਿਬ, ਸੱਜਾਦ ਵੜੈਚ, ਨਵਾਜ਼ਿਸ਼ ਵੜੈਚ, ਮਜੀਦ ਵੜੈਚ, ਰਫੀਕ ਵੜੈਚ ਤੇ ਅਸਲਮ ਵੜੈਚ ਸਾਹਿਬ। ਮਤਲਬ ਮੁਕਾਬਲਾ ਗੁਜਰਾਂ ਤੇ ਵੜੈਚਾਂ ਦੇ ਵਿੱਚ ਪੈ ਗਿਆ। ਕਮੈਂਟਰੀ ਦਾ ਆਗਾਜ਼ ਸਾਡੇ ਜ਼ਿਸ਼ਾਨ ਗੁਜਰ ਸਾਹਿਬ ਨੇ ਆਪਣੀਆਂ ਮਿੱਠੀਆਂ ਗੱਲਾਂ ਨਾਲ ਕਰ ਦਿੱਤਾ ਤੇ ਸਾਡੇ ਰਣਧੀਰ ਬਾਗੜੀਆਂ ਦੇ ਮੋਹਸਨ ਕੁਰੇਸ਼ੀ ਸਾਹਿਬ ਅੱਜ ਦੇ ਮੈਚ ਨੂੰ ਲਾਈਵ ਕਵਰੇਜ ਦੇ ਰਹੇ ਨੇ ਆਪਣੇ ਸੱਕੇ ਮੋਬਾਈਲ ਨਾਲ ਤੇ ਸਟੈਂਡ ਵੀ ਉਹਨਾਂ ਦਾ ਆਪਣਾ ਹੈ। ਤੇ ਅੱਜ ਦੇ ਸਕੋਰਰ ਨੇ ਜਨਾਬ ਰਿਹਾਨ ਵੜੈਚ ਤੇ ਤੁਸੀਫ ਗੁਜਰ ਸਾਹਿਬ, ਪਿੰਡ ਮੁਗਲਾਬਾਦ ਵਾਲੇ ਤਾਰੀਫ ਦੇ ਮੁਸਤਹਿਕ ਨੇ ਜਿਨ੍ਹਾਂ ਸਾਰੇ ਇਲਾਕੇ ਨੂੰ ਇੱਕ ਜਗ੍ਹਾ ਇਕੱਠਾ ਕਰ ਲਿਆ। ਅੱਜ ਦਾ ਕਾਮਯਾਬ ਬੇਲਾ ਕ੍ਰਿਕਟ ਟੂਰਨਾਮੈਂਟ ਬੇਲੇ ਦੇ ਵਿੱਚ ਪਿਆਰ, ਮੁਹੱਬਤ ਤੇ ਇਤਫਾਕ ਦੀ ਮਿਸਾਲ ਹੈ ਤੇ ਖਾਸ ਤੌਰ ਤੇ ਦਾਦ ਦੇ ਮੁਸਤਹਿਕ ਨੇ ਮੁਗਲਾਬਾਦ ਦੇ ਨੌਜਵਾਨ ਜਿਨ੍ਹਾਂ ਦੀ ਮਿਹਨਤ ਨਾਲ ਤੇ ਓਵਰਸੀਜ਼ ਪਾਕਿਸਤਾਨੀ ਜਿਨ੍ਹਾਂ ਦਾ ਤਾਲੁਕ ਵੀ ਮੁਗਲਾਬਾਦ ਨਾਲ ਹੈ, ਉਹਨਾਂ ਦੇ ਤਾਵਨ ਨਾਲ ਬੇਲਾ ਕ੍ਰਿਕਟ ਟੂਰਨਾਮੈਂਟ ਕਾਮਯਾਬ ਹੋਇਆ। ਸਾਡੇ ਓਵਰਸੀਜ਼ ਪਾਕਿਸਤਾਨੀ ਖਾਸ ਤੌਰ ਤੇ ਸਫਿਆਨ ਉਰਫ ਕਾਕਾ ਵੜੈਚ, ਹਾਜੀ ਆਬਦ ਬਾਜਵਾ, ਸ਼ਾਨੀ ਵੜੈਚ ਉਰਫ ਡੌਨ, ਜਵੇਦ ਵੜੈਚ ਸਾਹਿਬ ਨੇ ਖਾਸ ਤੌਰ ਤੇ ਤਾਮਨ ਕੀਤਾ। ਇਸ ਤੋਂ ਇਲਾਵਾ ਮੁਗਲਾਬਾਦ ਦੀ ਕ੍ਰਿਕਟ ਟੀਮ ਖਾਸ ਤੌਰ ਤੇ ਟੀਮ ਦੇ ਕੈਪਟਨ ਜਨਾਬ ਕਾਮਰਾਨ ਸਾਹਿਬ ਦੀ ਮਿਹਨਤ ਦਾ ਨਤੀਜਾ ਹੈ। ਡੇਰਾ ਗੁਜਰਾਂ ਦੀ ਟੀਮ ਨੇ ਚੰਗੀ ਬੈਟਿੰਗ ਕਰਕੇ ਤੇ 6 ਓਵਰਾਂ ਦੇ ਵਿੱਚ 98 ਰਨ ਦਾ ਵੱਡਾ ਟਾਰਗੇਟ ਦੇ ਦਿੱਤਾ। ਜਿਹੜਾ ਤੀਰ ਨਿਸ਼ਾਨੀ ਨੂੰ ਖੁੰਝ ਜਾਵੇ ਉਹ ਕਾਹਦਾ ਹਥਿਆਰ, ਜਿੱਤ ਹਮੇਸ਼ਾ ਉਹਦੀ ਹੁੰਦੀ ਜਿਹੜਾ ਪਹਿਲੋ ਕਰਜੇ ਵਾਰ। ਮੁਗਲਾਬਾਦ ਦੇ ਨੌਜਵਾਨਾਂ ਵੀ ਚੰਗੀ ਬੈਟਿੰਗ ਕੀਤੀ ਹੈ, ਮਗਰ ਜਿੱਤਣਾ ਤਾਂ ਫਿਰ ਇੱਕ ਟੀਮ ਨੇ ਹੁੰਦਾ ਤੇ ਡੇਰਾ ਗੁਜਰਾਂ ਦੀ ਟੀਮ ਜਿੱਤ ਗਈ ਹੈ, ਲੇਕਿਨ ਦਿਲ ਸਾਡੇ ਮੁਗਲਾਬਾਦ ਨੇ ਜਿੱਤ ਲਏ ਨੇ। ਅੱਜ ਰਾਤੀ ਰੋਟੀ ਮਹਿਮਾਨੇ ਸੂਸੀ ਜਨਾਬ ਇਮਰਾਨ ਬਾਗੜੀ ਸਾਹਿਬ, ਸ਼ੌਰ ਗੁਜਰ ਸਾਹਿਬ ਤੇ ਮੋਹਸਨ ਕਠਾਣਾ ਸਾਹਿਬ ਨੇ ਦੋਵਾਂ ਟੀਮਾਂ ਦੇ ਖਿਲਾੜੀਆਂ ਦੇ ਵਿੱਚ ਖੁੱਲ੍ਹੇ ਦਿਲ ਨਾਲ ਖੁੱਲ੍ਹੇ ਪੈਸੇ ਵੰਡੇ। ਮਹਿੰਗਾਈ ਨੂੰ ਭੁੱਲ ਕੇ ਖੁਸ਼ੀ ਨਾਲ ਸੋਣਾ ਜਾਂ ਕਮੈਂਟ ਕਰਿਓ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਖੈਰ ਹੋਵੇ ਜੇ, ਗੁੱਡ ਨਾਈਟ।